ਇੱਥੇ ਬੈਠਾ, ਹੁਣ ਤੇ ਪਬਜੀ ਨਵਾਂ ਸਿਆਪਾ ਆ ਗਿਆ। ਇਹ ਲੈ ਕੇ ਬਹਿ ਗਿਆ ਮੁੰਡਿਆਂ ਨੂੰ, ਨਾ ਕੋਈ ਤਲੀਮ ਰਹਿਣ ਦਿੱਤੀ ਏ, ਪਬਜੀ ਖੇਡਦੇ ਰਹਿੰਦੇ ਨੇ। ਓਏ ਪਿੱਛੋਂ ਆਇਆ ਈ, ਓਏ ਇਧਰੋਂ ਆਇਆ ਈ, ਤੇ ਫਿਰ ਜਨਾਬ ਨਾਲ ਦਾ ਬੰਦਾ ਕਵੇ ਨਾ, ਪਿਓ ਹੀ ਕਹਿ ਦੇਵੇ ਪੁੱਤ ਆ ਮੇਰਾ ਬਲੱਡ ਚੈੱਕ ਕਰੀ। ਅੱਬਾ ਜੀ ਦੋ ਫੌਜੀ ਰਹਿ ਗਏ ਨੇ ਮਾਰ ਲੈਂਦੇ, ਉਹਨਾਂ ਚਿਰ ਭਾਵੇਂ ਅੱਬਾ ਫੁੜਕ ਜਾਵੇ। ਉਹ ਚੱਲਿਆ ਪਬਜੀ ਸਿਆਪਾ ਨਾ ਖੇਡੋ, ਆਪਣੀ ਤਲੀਮ ਕੱਢਣ ਵਾਸਤੇ ਜ਼ਬਾਨ ਰੱਖੀ ਜੀ। ਹਰ ਕੌਮ ਨੇ ਆਪਣੀ ਮਾਦਰੀ ਜ਼ਬਾਨ ਤਰੱਕੀ ਕੀਤੀ ਹੈ, ਆਪਣੀ ਕੌਮੀ ਜ਼ਬਾਨ ਤਰੱਕੀ ਕੀਤੀ, ਤੇ ਅਸੀਂ ਆਪਣੀ ਮਾਦਰੀ ਜ਼ਬਾਨ ਨੂੰ ਬਿਲਕੁਲ ਥੱਲੇ ਸੁੱਟ ਦਿੱਤਾ ਹੈ। ਇੱਥੇ ਕਿਸੇ ਨਾਲ ਪੰਜਾਬੀ 'ਚ ਗੱਲ ਕਰੋ ਨਾ, ਛੱਡ ਜਿਹੜਾ ਬਦਤਮੀਜ਼ ਬੰਦਾ ਹੈ। ਅਜੀਬ ਬਾਤ ਯਾਰ। ਅੱਛਾ ਫਿਰ ਪੰਜਾਬੀ 'ਚ ਲੜਦਿਆਂ ਲੜਦਿਆਂ ਕਲਾਸ 'ਚ ਵੈਸੇ ਹੀ ਕਿਸੇ ਬੱਚੇ ਕੋਲ ਕਲਾਸ ਵਾਲੋਂ ਨਾ ਨਿਕਲੇ ਨਾ, ਤੂੰ ਬਈ ਆਪਕੋ ਤਮੀਜ਼ ਨਹੀਂ ਹੈ, ਤੂੰ ਮੈਨੂੰ ਤੂੰ ਕੋ ਆਖਿਆ ਹੈ, ਜਾਂ ਤਾਂ ਫਿਰ ਕਹਿ ਨਾ ਆਪ ਨੇ ਮੁਝੇ ਤੂੰ ਕੋ ਆਖਿਆ, ਫਿਰ ਤਾਂ ਤੇਰਾ ਅਦਬ ਆ ਗਿਆ ਨਾ ਸਾਹਮਣੇ, ਫਿਰ ਤਾਂ ਤੇਰੀ ਤਲੀਮ ਸਾਹਮਣੇ ਆ ਗਈ। ਬਈ ਇਹ ਤੂੰ ਲਫ਼ਜ਼ ਬਦਤਮੀਜ਼ੀ ਵਾਲਾ ਨਹੀਂ ਹੈ, ਅਦਮੇ ਬਰਦਾਸ਼ਤ ਮਤ ਫਲਾਓ। ਇਹ ਪੰਜਾਬੀ 'ਚ ਇਹਨੂੰ ਤੂੰ ਕਹਿੰਦੇ ਨੇ, ਬੋਲੋ ਪੰਜਾਬੀ 'ਚ ਇਹਨੂੰ ਤੂੰ ਕਹਿੰਦੇ ਨੇ, ਉਰਦੂ 'ਚ ਇਹਨੂੰ ਤੁਮ ਕਹਿੰਦੇ ਨੇ, ਆਪ ਕਹਿੰਦੇ ਨੇ, ਇੰਗਲਿਸ਼ 'ਚ ਇਹਨੂੰ ਯੂ ਕਹਿੰਦੇ ਨੇ, ਅਰਬੀ 'ਚ ਇਹਨੂੰ ਅੰਤਾ ਕਹਿੰਦੇ ਨੇ। ਹਾਂਜੀ ਲਾਓ ਡਿਕਸ਼ਨਰੀ ਉਠਾ ਕੇ ਲਾਓ, ਇਹ ਬਦਤਮੀਜ਼ੀ ਵਾਲੀ ਜ਼ਬਾਨ ਨਹੀਂ ਹੈ। ਤੇ ਇੱਥੇ ਜਿਹੜਾ ਅਫਸਰ ਵੇਖ ਲਓ, ਕੋਈ ਬੰਦਾ ਜਾ ਕੇ ਪੰਜਾਬ ਦਾ ਦਿਹਾਤ ਦਾ ਕਵੇ ਨਾ, ਤੂੰ ਓਏ ਤੈਨੂੰ ਤਮੀਜ਼ ਨਹੀਂ ਅਫਸਰ ਨਾਲ ਬੋਲਣ ਦੀ, ਵੈ ਉਸ ਮਜ਼ਦੂਰ ਦੀ ਤਨਖਾਹ ਨਾ ਤੇਰੀ ਅਫਸਰੀ ਹੈ, ਨਹੀਂ ਤੇ ਤੈਨੂੰ ਤੇ ਕਿਸੇ ਜਨਾਬੇ ਵਾਲਾ ਨੋਟਾਂ ਭਰਨ ਤੇ ਵੀ ਨਹੀਂ ਸੀ ਰੱਖਣਾ। ਹਾਂਜੀ ਇਸ ਮਜ਼ਦੂਰ ਦੀ ਨੌਕਰੀ ਨਾਲ ਤੇ ਤੇਰੀ ਤਨਖਾਹ ਹੈ, ਲਿਖ ਲਓ। ਕਿਆ ਦੌਰ ਪੁਰਾਣਾ ਤੇ ਪੈ ਗਿਆ ਕਿਹੜੀ ਰਾਹ, ਸਾਰਾ ਟੱਬਰ ਪੀ ਲੈਣੇ ਸਭ ਪਾਈਆ ਦੁੱਧ ਦੀ ਚਾਹ। ਉਦੋਂ ਦੌਰ ਮਸ਼ੀਨੀ ਨਹੀਂ ਸੀ, ਸ਼ਹਿਰਾਂ ਦੇ ਵਿੱਚ ਸ਼ੋਰ ਨਹੀਂ ਸੀ, ਬਹੁਤੇ ਡਾਕੂ ਚੋਰ ਨਹੀਂ ਸੀ, ਸੀ ਅੱਖਾਂ ਵਿੱਚ ਹਯਾ। ਹੁਣ ਇੱਥੋਂ ਪੰਜਾਬ ਜੀ ਕਾਲਜ 'ਚੋਂ ਮੁੰਡੇ ਬਾਹਰ ਨਿਕਲਣ ਨਾ, ਤੇ ਹਜ਼ਾਰ ਦਾ ਨੋਟ ਪਿਆ ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ, ਮੇਰਾ ਪੈਰ ਸੌਂ ਗਿਆ, ਇਹ ਨਹੀਂ ਪਤਾ ਈਮਾਨ ਸੌਂ ਗਿਆ। ਹਾਲਾਂਕਿ ਮੈਨੂੰ ਸਹੀ ਬੁਖਾਰੀ ਮੈਂ ਪੜ੍ਹਾ ਕਿ ਜਿਸ ਕੋਈ ਚੀਜ਼ ਮਿਲੇ ਤੋ ਏਕ ਸਾਲ ਇੰਤਜ਼ਾਰ ਕਰੇ ਔਰ ਐਲਾਨ ਕਰੇ ਕਿ ਇਹ ਕਿਸੀ ਕੀ ਹੈ ਤੋ ਲੈ ਲਓ। ਤੇ ਸਾਨੂੰ ਤੇ ਇੱਥੇ ਕਿਹਦਾ ਮੋਬਾਇਲ ਲੱਭੇ ਨਾ, ਤੇ ਦਾ ਉਹਦੀ ਸਿਮ ਕੱਢ ਕੇ ਆਪਣੀ ਠੋਕਣ ਦੀ ਕਰ ਲੈ। ਉਹ ਚੱਲਿਓ ਕੋਈ ਚੀਜ਼ ਵੀ ਪਈ ਹੋਵੇ ਤੇ ਇੱਕ ਸਾਲ ਪਕੜ ਕੇ ਇੰਤਜ਼ਾਰ ਕਰਨਾ, ਕਿਤਨਾ ਯਾਨੀ ਕਿਸੇ ਦਾ ਮਫਰਲ, ਕਿਸੇ ਦੀ ਜੈਕਟ, ਕਿਸੇ ਦੀ ਟਾਈ, ਕਿਸੇ ਦਾ ਚਾਰਜਰ, ਬੋਲੋ ਕਿਸੇ ਦੀ ਘੜੀ, ਕਿਸੇ ਦਾ ਮੋਬਾਈਲ, ਕੋਈ ਚੀਜ਼ ਵੀ ਪਈ ਹੋਵੇ। ਹਾਂਜੀ ਬਲਕਿ ਤੁਹਾਨੂੰ ਪਤਾ ਕਿਸੇ ਦਾ ਮੋਬਾਈਲ ਗੁੰਮ ਹੋ ਜੇ, ਉਹਨੂੰ ਮੋਬਾਈਲ ਦੀ ਇੰਨੀ ਟੈਨਸ਼ਨ ਨਹੀਂ ਹੁੰਦੀ ਜਿੰਨੀ ਨੰਬਰਾਂ ਦੀ ਹੁੰਦੀ। ਹਾਂਜੀ ਜਿਹਨਾਂ ਦੀ ਆਏ ਨਿਕਲੀ ਮੈਨੂੰ ਪਤਾ ਕਿਹੜੇ ਨੰਬਰ ਨੇ, ਇਹ ਵੀ ਪਤਾ ਮੇਰੇ ਚੰਨ ਆਂਦਾ ਜਾਨੂ ਦੇ, ਤੇ ਉਹਨਾਂ ਨੂੰ ਵੀ ਪਤਾ ਵਾ ਪੁੱਤਰ ਉਹ ਕਿਹੜੇ ਯਤੀਮਖਾਨੇ ਰਹਿੰਦੇ, ਮੇਰਾ ਚੰਨ ਹੈ ਉਹਨਾਂ ਨੂੰ ਵੀ ਪਤਾ। ਡਾਕੂ ਚੋਰ ਨਹੀਂ ਸੀ, ਸੀ ਅੱਖਾਂ ਵਿੱਚ ਹਯਾ, ਬੋਲੋ ਸੀ ਅੱਖਾਂ ਵਿੱਚ ਇੰਨਾ ਯਾ ਹੁੰਦਾ ਸੀ, ਭਰਾ ਭੈਣ ਦੀ ਮੰਜੀ ਤੇ ਨਹੀਂ ਸੀ ਬਹਿੰਦਾ, ਭੈਣ ਭਰਾ ਦੀ ਮੰਜੀ ਤੇ ਨਹੀਂ ਸੀ ਬਹਿੰਦੀ, ਟੀਵੀ ਨਹੀਂ ਸੀ ਇਕੱਠੇ ਵੇਖਦੇ, ਹੁਣ ਇਕੱਠੇ ਬੈਠ ਕੇ ਵੇ। ਬਲਕਿ ਭੈਣ ਭਰਾ ਨੂੰ ਕਹਿੰਦੀ ਬਾਈ ਜਾਨ ਇਹ ਮੁਝੇ ਗਾਣਾ ਲਗਾ ਦੇ, ਹਮਨੇ ਡਾਂਸ ਕਰਨਾ ਹੈ। ਮੀਆਂ ਮੁਹੰਮਦ ਬਖਸ਼ ਨੇ ਬੜੀ ਸੋਹਣੀ ਗੱਲ ਲਿਖੀ ਹੈ, ਕਹਿੰਦੇ ਲੱਖ ਕੰਜਰਾਂ ਦੀ ਸੇਵਾ ਕਰੀਏ ਉਹ ਕਦੀ ਨਹੀਂ ਰੱਜਦੇ, ਥੋਰ ਕਿੱਕਰ ਨੂੰ ਗੋਡੀ ਕਰੀਏ ਉਹਨੂੰ ਅੰਬ ਕਦੀ ਨਹੀਂ ਲੱਗਦੇ। ਹਾਂਜੀ ਆ ਕਿੱਕਰ ਨੂੰ ਗੋਡੀ ਕਰਿਆ ਜੇ ਵੇਖਿਆ ਭਰਾ ਚੌਂਸੇ ਲੱਗਦੇ, ਲੰਗੜੇ ਸਾਰਨੀ ਦੁਸਹਿਰੀ ਸਿੰਧੜੀ ਅਮਰੀ ਤੋਤਾ ਪਰੀ ਹੈ ਨਹੀਂ ਲੱਗਣੇ, ਨਹੀਂ ਲੱਗਣੇ। ਅੰਬ ਨੂੰ ਗੋਡੀ ਕਰੋਗੇ ਤੇ ਅੰਬ ਲੱਗਣੇ ਨੇ। ਜਿੰਨੇ ਬੈਠੇ ਜੇ ਲਿਖ ਲਓ, ਅਸੀਂ ਪੁੱਠੇ ਪਾਸੇ ਚੱਲ ਪਏ। ਸਾਡਾ ਕਰਦਾ ਉਦੋਂ ਕਜ਼ਨ ਸਿਆਪਾ ਨਹੀਂ ਸੀ, ਆ ਕਜ਼ਨ ਤੇ ਹੁਣ ਚੱਲਿਆ ਕੰਮ। ਉਹਦੇ ਚਾਚੇ ਦੀ ਧੀ ਪਤਰੇਰ ਹੁੰਦੀ ਸੀ, ਮਾਸੀ ਦੀ ਧੀ ਮਸੇਰ ਹੁੰਦੀ ਸੀ, ਫੁੱਫੀ ਦੀ ਧੀ ਫਫੇਰੀ ਹੁੰਦੀ ਸੀ, ਮਾਮੇ ਦੀ ਧੀ ਮਮੇਰੀ ਹੁੰਦੀ ਸੀ, ਰਿਸ਼ਤਿਆਂ ਦੀ ਵੰਡ ਹੁੰਦੀ ਸੀ। ਹੁਣ ਜਿਹਨੂੰ ਪੁੱਛੋ ਗੱਡੀ ਮੋਟਰਸਾਈਕਲ ਤੇ ਬਾਇਆ ਹੁੰਦਾ, ਇਹ ਕਿਆ ਮੇਰੀ ਕਜ਼ਨ, ਜਿਹਨੂੰ ਪੁੱਛੋ ਸਹੇਲੀ ਅਤੇ ਕਜ਼ਨ, ਸਹੇਲਾ ਅਤੇ ਕਜ਼ਨ, ਕੁੜੀ ਅਤੇ ਕਜ਼ਨ, ਮੁੰਡਾ ਅਤੇ ਕਜ਼ਨ, ਜਿਹਨੂੰ ਪੁੱਛੋ ਕਜ਼ਨ ਕਜ਼ਨ ਕਜ਼ਨ, ਉਦੋਂ ਪਤਾ ਲੱਗਦਾ ਜਦੋਂ ਹਾਈ ਕੋਰਟ 'ਚ ਡਜ਼ਨ ਹੁੰਦਾ, ਚਲੋ ਫਿਰ ਪਤਾ ਲੱਗਦਾ ਕਿਹੜਾ ਕਜ਼ਨ। ਉਦੋਂ ਕਜ਼ਨ ਸਿਆਪਾ ਨਹੀਂ ਸੀ, ਉੱਚੀ ਬੋਲੋ ਕਿਉਂ ਬਿੱਲਿਆ, ਹਾਂ ਉਦੋਂ ਕਜ਼ਨ ਸਿਆਪਾ ਨਹੀਂ ਸੀ, ਅੰਟੀ ਅੰਕਲ ਪਾਪਾ ਨਹੀਂ ਸੀ, ਹਾਂਜੀ ਅੰਟੀ ਅੰਕਲ ਏਡੇ ਚਿੱਟੇ ਖੂਨ ਨਹੀਂ ਸੀ, ਯਾਨੀ ਬੰਦਿਆਂ 'ਚ ਬਰਦਾਸ਼ਤ ਹੁੰਦੀ ਸੀ, ਏਡੇ ਚਿੱਟੇ ਖੂਨ ਨਹੀਂ ਸੀ, ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਬੋਲੋ ਕੁੜੀਆਂ ਦੇ ਕੋਲ, ਤੇ ਤੁਸੀਂ ਲੈ ਕੇ ਕੁਝ ਦਿੰਦੇ ਜੀ ਘਰ, ਮਾਂ ਪਿਓ ਪੈਸੇ ਦਿੰਦਾ ਫੀਸ ਲਈ, ਇਹ ਬਾਰੋ ਬਾਰ ਮੋਬਾਈਲ ਲੈ ਦਿੰਦੇ, ਕੋ ਹਾਲ ਹੈ। ਫਿਰ ਮਾਵਾਂ ਦੀ ਮੇਰੇ ਇੱਕ ਇੱਕ ਬੀਬੀ ਮੈਨੂੰ ਆਣ ਕੇ ਆਉਂਦੀ, ਮੌਲਵੀ ਜੀ ਆ ਦਮ ਕਰ ਦਿਓ, ਅਸਾਜ਼ਾ ਇਕਰਾਮ ਕਹਿੰਦੇ ਜੀ ਦਮ ਕਰ ਦਿਓ, ਮੈਂ ਕਿਹਾ ਠੀਕ ਹੈ ਜੀ, ਮੈਂ ਕੀ ਗੱਲ ਇਹ ਮੁੰਡਾ ਸੁੱਕਦਾ ਜਾਂਦਾ, ਮੈਂ ਕਿਹਾ ਇਹਨੂੰ ਮੋਬਾਈਲ ਲੈ ਤਾ, ਕਹਿੰਦੇ ਲੈ ਤਾ ਓਪੋ ਦਾ,
ਤੇ ਮੈਂ ਕਿਹਾ ਇਹਨੂੰ ਹੋਸ਼ ਘੱਟਾ ਹੈ, ਇਹ ਜ਼ਮਜ਼ਮ ਪੀ ਕੇ ਸੌਂਦਾ ਜਿਹਨੇ ਸਾਰੀ ਰਾਤ ਮੋਬਾਈਲ ਤੇ ਲੱਗੇ ਰਹਿਣਾ ਟਿਚ 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 ਟਿਚ। ਫਿਰ ਮਾਵਾਂ ਦੀ ਮੇਰੇ ਪੁੱਤ ਨੂੰ ਹੋਸ਼ ਨਹੀਂ ਆਉਂਦੀ, ਹੋਸ਼ ਘੱਟਾ ਹੈ, ਸਾਰੀ ਰਾਤ ਮੋਬਾਈਲ ਤੇ ਲੱਗੇ ਰਹਿੰਦੇ ਨੇ। ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਜਾਨ ਛੁੱਟਣੀ ਨਹੀਂ। ਹੁਣ ਤੇ ਅੱਲਾ ਜਾਣਦਾ ਹੈ ਮੰਜੀ ਉੱਥੇ ਡਾਉਂਦੇ ਨੇ ਜਿੱਥੇ ਸੁੱਚ ਲੱਗ ਡਾਇਰੈਕਟਰੀ ਵਿੱਚ ਸੁੱਚ ਲਾਇਆ ਹੁੰਦਾ, ਸਾਕਲ ਲਾ ਕੇ ਸੌਂਦੇ ਨੇ। ਹਾਂਜੀ ਪਾਵਰ ਬੈਂਕ, ਹੁਣ ਤੇ ਬੈਟਰੀਆਂ ਹੀ ਇਹੋ ਜਿਹੀਆਂ ਆ ਗਈਆਂ ਮੁੱਕਦੀਆਂ ਹੀ ਨਹੀਂ ਗੀਆਂ, ਪਾਵਰ ਬੈਂਕ ਨੂੰ ਗੋਲੀ ਮਾਰਨੀ ਕਿਹਾ। ਹਾਂਜੀ ਸੱਚੀ ਗੱਲ, ਹੁਣ ਤੇ ਭਾਈ ਅੱਲਾ ਜਾਣਦਾ ਜਿੱਧਰ ਵੇਖੋ ਮੋਬਾਈਲ ਨੇ ਰਿਸ਼ਤੇ ਦੂਰ ਕਰ ਦਿੱਤੇ ਨੇ, ਕੋਲ ਬਹਿ ਕੇ ਵੀ ਲੱਗੇ ਹੁੰਦੇ ਨੇ, ਉਹ ਇੱਧਰ ਇੱਧਰ ਬੈਠਾ, ਪਿਓ ਇੱਥੇ ਬੈਠਾ। ਹੁਣ ਤੇ ਆ ਪਬਜੀ ਨਵਾਂ ਸਿਆਪਾ ਆ ਗਿਆ, ਇਹ ਲੈ ਕੇ ਬਹਿ ਗਿਆ ਮੁੰਡਿਆਂ ਨੂੰ ਨਾ ਕੋਈ ਤਲੀਮ ਰਹਿਣ ਦਿੱਤੀ ਏ, ਪਬਜੀ ਖੇਡਦੇ ਰਹਿੰਦੇ ਨੇ। ਓਏ ਪਿੱਛੋਂ ਆਇਆ ਈ, ਓਏ ਇਧਰੋਂ ਆਇਆ ਈ, ਤੇ ਫਿਰ ਜਨਾਬ ਨਾਲ ਦਾ ਬੰਦਾ ਕਵੇ ਨਾ ਪਿਓ ਹੀ ਕਹਿ ਦੇਵੇ ਪੁੱਤ ਆ ਮੇਰਾ ਬਲੱਡ ਚੈੱਕ ਕਰੀ। ਅੱਬਾ ਜੀ ਦੋ ਫੌਜੀ ਰਹਿ ਗਏ ਨੇ ਮਾਰ ਲੈਂਦੇ, ਉਹਨਾਂ ਚਿਰ ਭਾਵੇਂ ਅੱਬਾ ਫੁੜਕ ਜਾਵੇ। ਉਹ ਚੱਲਿਆ ਪਬਜੀ ਸਿਆਪਾ ਨਾ ਖੇਡੋ, ਆਪਣੀ ਤਲੀਮ ਦਾ ਹਰਜ ਨਾ ਕਰੋ, ਇਹ ਮੋਬਾਈਲ ਮਤ ਯੂਜ਼ ਕੀਆ ਕਰੋ, ਕਾਲਜ ਮੇ ਘਰ ਮੇ ਇਹ ਥੋੜ੍ਹੀ ਕੁ ਦੇਰ ਬੰਦਾ ਯੂਜ਼ ਕਰ ਲੈ ਮੋਬਾਈਲ। ਫੋਨ ਕੀਤਾ ਬਾਈ ਜਾਨ ਕਿੱਧਰ ਹੈ, ਬਈ ਮੈਂ ਇੱਧਰ ਹੂੰ ਯਾਰ, ਮੈਨੂੰ ਤੇਰੇ ਨਾਲ ਕੰਮ ਹੈ। ਕੀ ਹੈ ਯਾਰ? ਮੈਂ ਤੇਰੇ ਨਾਲ ਬਹਿ ਕੇ ਇੱਕ ਪੀਰੀਅਡ ਦੀ ਤਿਆਰੀ ਕਰਨੀ, ਇਹ ਟੀਚਰ ਬੜਾ ਸਖਤ ਹੈਗਾ ਅਤੇ ਜ਼ਰਾ ਤਿਆਰੀ ਕਰਨੀ ਹੈ। ਚੱਲਿਆ ਪੀਰੀਅਡ ਦੀ ਤਿਆਰੀ ਕਰਿਆ ਕਰਕੇ ਮੈਂ ਸਵੇਰੇ ਇਹ ਸੁਣਾਉਣਾ। ਹਾਂਜੀ ਪਰ ਆ ਟੀਚਰ ਵੀ ਅੱਲਾ ਜਾਣਦਾ, ਆਉਂਦੇ ਆ ਮੁੰਡਿਆਂ ਨੂੰ ਪੁੱਛਦੇ ਨੇ ਆਪਕਾ ਮੂਡ ਪੜ੍ਹਨੇ ਕਾ ਹੈ? ਬੰਦਾ ਪੁੱਛੇ ਇਹ ਥਕਾ ਬੈਠਣਾ ਹੈ, ਮੂਡ ਨਾ ਪੁੱਛਿਆ ਕਰੋ, ਇਹ ਆਂਦੇ ਹੀ ਪੜ੍ਹਨ ਵਾਸਤੇ। ਮੂਡ ਇਹਨਾਂ ਦੇ ਮਾਂ ਪਿਓ ਨੂੰ ਪੁੱਛੋ ਜਿਹੜੇ 6 ਵਜੇ ਦੁਕਾਨ ਖੋਲ੍ਹ ਕੇ ਇਹਨਾਂ ਦੀ ਫੀਸ ਦਿੰਦੇ ਨੇ, ਮੂਡ ਉਹਨਾਂ ਦਾ। ਇਹ ਤੇ ਪੜ੍ਹਨ ਆਏ ਨੇ, ਪੈਸਾ ਦਿੱਤਾ ਇਹਨਾਂ ਨੇ, ਫੀਸਾਂ ਜਮ੍ਹਾਂ